बाबा जी जो है ये कराची में होते हैं और कराची में जो है गार्ड की जॉब करते हैं और 1982 सन 82 से सफ़र कर रहे हैं ट्रेन के सफ़र। तो हम इनसे पूछेंगे इनका क्या कैसा एक्सपीरियंस रहा, ट्रेन का सफ़र इनका कैसा रहा, और ये स्टेशन के नाम बताएंगे लाहौर से अगर इनको मालूम हो तो। लाहौर लाहौर तो पता है कि स्टेशन लागे बाबा लाहौर तो ਜਿਵੇਂ ਗੱਡੀ ਚੱਲਦੀ ਹੈ ਲਾਹੌਰ ਸਟੇਸ਼ਨ ਤੋਂ ਅੱਗੇ ਆਉਂਦਾ ਮੀਆਂ ਮੀਰ, ਮੀਆਂ ਮੀਰ ਤੋਂ ਅੱਗੇ ਆ ਜਾਂਦਾ ਵਾਲ ਟਾਊਨ, ਵਾਲ ਟਾਊਨ ਤੋਂ ਅੱਗੇ ਆ ਜਾਂਦਾ ਕੋਟਲਾ ਤੋਂ ਅੱਗੇ ਆਉਂਦਾ ਹੈ ਜੀਆ ਬੱਗਾ, ਜੀਆ ਬੱਗਾ ਜੀਏ ਬੱਗੇ ਤੋਂ ਅੱਗੇ ਆ ਜਾਂਦਾ ਰੈਵਿੰਡ, ਰੈਵਿੰਡ ਤੋਂ ਅੱਗੇ ਆ ਜਾਂਦਾ ਕਣੀਏਕ, ਕਣੀਏਕ ਤੋਂ ਅੱਗੇ ਆ ਜਾਂਦਾ ਕੱਚੀ ਕੋਠੀ, ਕੱਚੀ ਕੋਠੀ ਤੋਂ ਅੱਗੇ ਆ ਜਾਂਦਾ ਭੋਇਆ ਅਸਲ, ਭੋਇਆ ਅਸਲ ਤੋਂ ਅੱਗੇ ਆ ਜਾਂਦਾ ਛਾਂਗਾ ਮਾਂਗਾ, ਛਾਂਗੇ ਮਾਂਗੇ ਤੋਂ ਅੱਗੇ ਆ ਜਾਂਦੀ ਵਾਂ ਖਾਰਾ, ਉਦੋਂ ਅੱਗੇ ਪੱਤੋ ਕੀ ਆ ਜਾਂਦੀ, ਪੱਤੋ ਕੀ ਤੋਂ ਅੱਗੇ ਸਾਜੋਵਾਲ ਅਤੇ ਸਾਜੋਵਾਲ ਤੋਂ ਬਾਂ ਰਾਧਾ ਰਾਮ ਅੱਗੇ ਆ ਜਾਂਦੀ ਦੀਫਾਬਾਦ, ਉਦੋਂ ਅੱਗੇ ਆ ਜਾਂਦਾ ਅਖਤਰਾਬਾਦ, ਉਦੋਂ ਅੱਗੇ ਆ ਜਾਂਦਾ ਅਰਨਾਲਾ, ਅਰਨਾਲੇ ਤੋਂ ਅੱਗੇ ਕਿਸਾਨ ਵਾਲਾ, ਕਿਸਾਨ ਵਾਲੇ ਤੋਂ ਕਰਮਾਲਾ, ਅਤੇ ਕਰਮਾਲੇ ਤੋਂ ਅੱਗੇ ਵਿਖਾੜਾ ਆ ਜਾਂਦਾ, ਅਤੇ ਵਿਖਾੜੇ ਤੋਂ ਮਤਵਲੇ ਆ ਜਾਂਦਾ ਗੈਂਬਰ, ਗੈਂਬਰ ਤੋਂ ਅੱਗੇ ਕਾਦਰਾਬਾਦ, ਅਤੇ ਕਾਦਰਾਬਾਦ ਤੋਂ ਅੱਗੇ ਯੂਸਫ ਵਾਲਾ, ਅਤੇ ਯੂਸਫ ਵਾਲੇ ਤੋਂ ਅੱਗੇ ਹੁਣ ਸਾਹਿਵਾਲ, ਸਾਹਿਵਾਲ ਤੋਂ ਫਿਰ ਅੱਗੇ ਆਪਣਾ ਆਪਾਂ ਜਾਵਾਂਗੇ ਅੱਗੇ, ਅੱਗੇ ਅੱਗੇ ਕੀ ਹੈ ਅਗਲਾ ਸਟੇਸ਼ਨ? ਅੱਗੇ ਨੇ ਅੱਗੇ ਇੱਧਰ ਇੱਥੋਂ ਚੱਲੇਗੀ ਤਾਂ ਅੱਗੇ ਆਉਣਾ ਹੜੱਪਾ, ਹੜੱਪਾ ਹਾਂ, ਹੜੱਪੇ ਤੋਂ ਅੱਗੇ ਆਵੇਗਾ ਚੀਚਾਵਲ, ਚੀਚਾਵਲ ਠੀਕ ਹੋ ਗਿਆ, ਅਤੇ ਚੀਚਾਵਲ ਨੇ ਅੱਗੇ ਮੀਆਂ ਚੱਲੇ ਤਾਂ ਮੀਆਂ ਚੱਲੇ ਤੋਂ ਅੱਗੇ ਆ ਜਾਏਗਾ ਆਪਣਾ ਖਾਨੇਵਾਲ, ਮਲਤਾਨ ਵਾਲੀ ਲਾਈਨ ਅਸੀਂ ਨਿਕਲ ਜਾਏਗੀ ਅਤੇ ਆਪਾਂ ਅਸੀਂ ਚਲੇ ਜਾਵਾਂਗੇ, ਆਪਾਂ ਸਾਈਡ 'ਤੇ ਚੱਲੇ ਸਿੰਧ ਵਾਲੀ ਸਾਈਡ 'ਤੇ, ਹਾਂ ਮਤਲਬ ਕਿ ਆਪਾਂ ਉੱਥੋਂ ਜਾਵਾਂਗੇ ਖਾਨੇ, ਆਪਣਾ ਖਾਨੇ ਵਾਲੇ ਚੱਲੇਗੀ ਨਾ ਅੱਗੇ ਮੰਡੀ ਜਾਨੀਆ ਆਏਗਾ, ਅਤੇ ਜਾਨੀਆ ਤੋਂ ਅੱਗੇ ਸ਼ਹਿਰ 'ਤੇ ਅੱਗੇ ਦੁਨੀਆਪੁਰ ਆ ਜਾਏਗਾ, ਦੁਨੀਆਪੁਰ ਤੋਂ ਅੱਗੇ ਜਾ ਕੇ ਅਤੇ ਫਿਰ ਲੋਹਦਰਾ ਆ ਜਾਏਗਾ, ਲੋਹਦਰਾ ਤੋਂ ਅੱਗੇ ਬਾਵਲਪੁਰ ਆ ਜਾਏਗਾ, ਬਾਵਲਪੁਰ ਆ ਜਾ, ਅਤੇ ਕਿਹੋ ਜਿਹਾ ਲੱਗਦਾ ਬਾਬਾ ਜੀ ਤੁਹਾਨੂੰ ਟ੍ਰੇਨ ਦਾ ਸਫ਼ਰ ਕਰਨਾ? ਟ੍ਰੇਨ ਦਾ ਸਫ਼ਰ ਤਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਅੱਛਾ ਹੈ, ਮੈਂ ਇਸ ਵਾਸਤੇ ਟ੍ਰੇਨ ਦਾ ਹੀ ਸਫ਼ਰ ਕਰਨਾ ਕਿਉਂਕਿ ਬੱਸ 'ਤੇ ਜਿਹੜੀ ਹੈ ਨਾ ਕੋਈ ਸਹੂਲਤ ਨਹੀਂ, ਫਿਰ ਉਹਦਾ ਕਿਰਾਇਆ ਬਹੁਤ ਜ਼ਿਆਦਾ ਹੈ, ਗਰੀਬ ਤਾਂ ਹਾਂ, ਜ਼ਾਹਿਰ ਇੱਕ ਬੰਦਾ 15,000 ਦੀ ਕਰਦਾ ਹੈ ਠੀਕ ਹੈ ਨਾ, ਜੋਬ ਕਰਦਾ ਹੈਗਾ, ਕੰਮ ਕਰਦਾ ਹੈ, ਤਾਂ ਉਹਦੇ 'ਚ ਕਿੰਨਾ ਇੰਨਾ ਹੁਣ ਤਕਰੀਬਨ ਤੁਹਾਡਾ ਅਗਰ ਉਹਦੇ ਜਾਓਗੇ 2-3 ਹਜ਼ਾਰ ਰੁਪਏ ਲੱਗ ਜਾਂਦਾ ਬੱਸ ਤੋਂ, ਬੱਸ 'ਤੇ 3,000-3,500 ਰੁਪਈਆ ਇੱਕ ਪਾਸੇ ਦਾ ਕਿਰਾਇਆ, ਇੱਕ ਪਾਸੇ ਦਾ ਕਿਰਾਇਆ, ਅਤੇ ਟ੍ਰੇਨ 'ਤੇ ਕਿੰਨਾ ਲੱਗਦਾ? ਟ੍ਰੇਨ 'ਤੇ 14,000 ਟੋਟਲੀ ਬੱਸ, ਅਤੇ ਉਹ ਜਿਹੜਾ ਬਜ਼ੁਰਗਾਂ ਵਾਸਤੇ ਇਹਨਾਂ ਨੇ ਇੱਕ ਉਹ ਬਣਾਇਆ ਹੋਇਆ ਬਜ਼ੁਰਗਾਂ ਦੇ ਅਤੇ ਮਾਜ਼ੂਰਾਂ ਵਾਸਤੇ ਜਿਹੜਾ ਟਿਕਟ ਅੱਧਾ ਹੈਗਾ, ਅਤੇ ਤੁਸੀਂ ਉਹ ਵਾਲਾ ਕਿਉਂ ਨਹੀਂ ਇਸਤੇਮਾਲ ਕਰਦੇ? ਨਹੀਂ ਮੈਂ ਤਾਂ ਉਹ ਹੀ ਕਰਨਾ, ਉਹ ਹੀ ਕਰਦੇ ਹੋ, ਅਤੇ ਫਿਰ ਕਿੰਨਾ 700 ਕਿੰਨਾ 700 ਹਾਫ ਕਿਰਾਇਆ ਹੈ ਇਹਨਾਂ ਦਾ? حکومت نے کافی زیادہ اچھا اقدام کیا ہوا ہے کہ جو معذور افراد ہیں اور جو بزرگ افراد ہیں ان کا کرایہ ہاف ہے اب حکومت کی طرف سے، تو ان کو یہ فیسلٹی ہے حکومت کی جانب سے کہ وہ ہاف کرائے کے اندر جو ہے وہ سفر کر سکے۔ یہاں پر جو ہے چائے والا اور بوتل والا اور باقی جو ہے یہاں پر گھومتے رہتے ہیں، ابھی یہاں پر ہم اسٹے کیا ہوا کافی دیر سے، ابھی ہم رکے ہوئے ہیں تو باہر تو جا نہیں سکتے کیونکہ اگر باہر چلا گیا پتہ نہیں کہ کب جو ہے ٹرین نکل جائے، ایسے پول اسکول نہیں بنے ابھی، باقی جو سنا کے بن گیا نا، ہاں مین مین ادھر ہے گا نا، ادھر بھی بن رہے ادھر بھی بنا پانی کا کولر بنا دینا، ਪਾਣੀ ਪੀਣ ਪੂਣ ਵਾਸਤੇ ਆਵਾਮ ਆਵੇ ਜਿਹੜੀ ਤੋਂ ਪੀ ਸਾਰੇ ਯਹਾਂ ਪਰ ਆਵਾਮ ਆਪ ਦੇਖ ਸਕਦੇ ਕਿ ਉਹ ਆਗੇ ਤੱਕ ਆਵਾਮ ਬੈਠੀ ਹੈ ਪੀਛੇ ਸੇ ਵੀ ਆਪਕੋ ਨਜ਼ਰ ਆਵੇਗੀ ਪੀਛੇ ਤਕਰੀਬਨ ਟ੍ਰੇਨ ਜੋ ਹੈ ਵੋ ਫੁੱਲ ਹੈ ਕੁਛ ਲੋਕ ਖੜੇ ਹੈ ਆਪਣੇ ਪਿਆਰੋ ਕੋ ਛੋੜਨੇ ਕੇ ਲੀਏ ਕੁਛ ਲੋਕੋਂ ਕਾ ਸ਼ਾਇਦ ਇਹ ਸਟੇਸ਼ਨ ਹੈ ਕੁਛ ਸ਼ਾਇਦ ਕਿਸੀ ਔਰ ਟ੍ਰੇਨ ਕਾ ਵੇਟ ਕਰ ਰਹੇ ਹੈ ਬਾਬਾ ਜੀ ਤੁਸੀਂ ਸਨ 82 ਤੋਂ ਸਫ਼ਰ ਕਰ ਰਹੇ ਹੋ ਅੱਜ ਤੱਕ ਕੋਈ ਇਹੋ ਜਿਹਾ ਵਾਕਿਆ ਹੋਇਆ ਤੁਹਾਡੇ ਨਾਲ ਕਿ ਜੇਬ ਕੱਟੀ ਗਈ ਜਾਂ ਕੋਈ ਇਹੋ ਜਿਹਾ ਤੁਹਾਡੇ ਨਾਲ ਹੋਇਆ ਹੋਵੇ? ਫਿਲਹਾਲ ਮੇਰੇ ਨਾਲ ਅੱਜ ਤੱਕ ਇੱਕ ਵਾਕਿਆ ਹੋਇਆ ਸੀ ਕਿ ਮੈਂ ਸਫ਼ਰ ਕਰ ਰਿਹਾ ਵਾ, ਉਦੋਂ ਮੇਰੀ ਡਿਊਟੀ ਉੱਥੇ ਹੁੰਦੀ ਹੈ ਰਾਤ ਦੀ, ਅਤੇ ਰਾਤ ਦੀ ਮੈਂ ਡਿਊਟੀ ਕੀਤੀ ਸੀ ਅਤੇ ਉੱਥੋਂ ਜਿਹੜੇ ਮੈਂ ਬੈਠਾ ਨਾ ਅਤੇ ਨੀਂਦ ਆਇਆ ਸੀ ਤਾਂ ਮੈਂ ਸੌਂ ਗਿਆ ਅਤੇ ਮੇਰਾ ਬੈਗ ਸੀ। ਅੱਛਾ, ਰਾਤ ਨੂੰ ਸਾਰਾ ਕੁਝ ਲੈ ਗਿਆ, ਉਹਦੇ ਬੈਗ ਦੇ ਵਿੱਚ ਪੈਸੇ ਕੱਪੜੇ ਸ਼ਬਦ ਸਭ ਲੈ, ਅਤੇ ਫਿਰ ਕਿੰਝ ਪਹੁੰਚਿਆ?
ਟਿਕਟ ਟੁਕਟ ਤਾਂ ਲਿੱਤੀ ਹੋਈ ਸੀ? ਟਿਕਟ ਤਾਂ ਮੈਂ ਲਈ ਸੀ, ਟਿਕਟ ਤਾਂ ਮੇਰੇ ਕੋਲ ਸੀ ਨਾ, ਅਤੇ ਬਾਕੀ ਬੈਗ ਜਿਹੜਾ ਸੀ ਉਹ ਆਪਦਾ ਉਹ ਲੈ ਕੇ ਸੀ ਅਲੀ ਪਾਂਜਾ। ਮੈਂ ਚਲੋ ਗਰੀਬ ਨੂੰ ਵੀ ਪਰ ਜ਼ਰੂਰਤ ਹੋਵੇ ਦੀ ਇਹ ਚੀਜ਼ ਦੀ, ਚਲੋ ਮੈਨੂੰ ਅੱਲਾ ਹੋਰ ਦੇ ਦੇਗਾ ਮੈਂ ਹੋਰ ਆਪਦਾ। ਵੈਸੇ ਅਮੂਮੀ ਤੌਰ 'ਤੇ ਟ੍ਰੇਨਾਂ 'ਤੇ ਹੋ ਜਾਂਦੇ ਇਹੋ ਜਿਹੇ ਕੰਮ? ਘੱਟ ਹੁੰਦੇ ਆ ਆਪਣੇ ਇੱਥੇ ਕੇ, ਵਾਹ ਵੀ ਹੁੰਦੇ ਆ? ਹੋ ਜਾਂਦੇ ਨੇ, ਹੁਣ ਉਹਨੇ ਨਹੀਂ ਹੁੰਦੇ ਤਾਂ ਪਹਿਲੇ ਬੜੇ ਹੁੰਦੇ ਸੀ। ਪਹਿਲੇ ਤਾਂ ਮਤਲਬ ਜੇਬਾਂ ਕੱਟ ਲੈਂਦੇ ਸੀ ਅਤੇ ਜਾਂ ਸਮਾਨ ਰੱਖਿਆ ਹੈ ਨਾ ਅਤੇ ਉਹ ਕਹਿੰਦੇ ਰਹਿੰਦੇ ਸੀ ਜਰਾ ਅੱਗੇ ਪਿੱਛੇ ਹੋਣਾ ਅਤੇ ਉਹ ਸਮਾਨ ਚੁੱਕ ਕੇ ਥੱਲੇ ਲੈ ਜਾਣਾ। ਇਹ ਹੁੰਦਾ ਹੈ ਜਾ ਕੇ ਆਪਣੇ ਤੋਂ ਕੀ ਮੰਨਣਾ ਹੈ ਬਾਗਲਪੁਰ ਤੋਂ ਅੱਗੇ ਅੱਗੇ ਉੱਥੇ ਜਾ ਕੇ ਜ਼ਿਆਦਾ ਇਹੋ ਜਿਹੇ ਕੰਮ ਹੁੰਦੇ? ਹਾਂ, ਜਿਵੇਂ ਜਿਵੇਂ ਅਗਾਂ ਸਿੰਧ ਦੇ ਇਲਾਕੇ ਜਾਏਗੀ ਉੱਧਰ ਉੱਧਰ ਜ਼ਿਆਦਾ ਹੁੰਦਾ, ਇੱਧਰ ਨਹੀਂ, ਉੱਧਰ ਖਤਰੇ ਜ਼ਿਆਦਾ ਵੱਧ ਜਾਂਦੇ। तो यहाँ पर अभी बाबा जी से हमारी गुफ्तगू जा रही है कि ट्रेन जो है वो चलने के लिए तैयार है, तो कोशिश करते हैं यहाँ पर से दो बोतलां फाड़ ले बाबा पर।